ਸਿੱਧਾ ਸਿੱਧਾ ਗਿੰਦੀ ਵਜੇ ਬੰਦ ਥੀ ਸੇ ਓਏ ਤਾਂ ਪੂਰਾ ਵਿਚ ਗਈ ਓ ਇਹ ਮੋਟਰਸਾਈਕਲ ਫਸ ਗਈ ਜੀ ਸਮਗਲਿੰਗ ਮੋਟਰਸਾਈਕਲ ਦੀ ਸਮਗਲਿੰਗ ਥੀਂਦੀ ਪਈ ਹੈ ਦਰਿਆ ਤੋਂ ਪਾਰ ਟਪਾਈ ਮੈਨੇ ਮੋਟਰਸਾਈਕਲ ਇਹ ਦਰਿਆ ਪਾਰ ਟੱਪਾ ਮੈਨੇ ਜੀ ਫੰਟਈਅਰ ਵਾਲੇ ਲਾ ਕੇ ਜਾ ਰਿਹਾ ਮੋਟਰਸਾਈਕਲ ਪੰਜਾਬ ਵਿੱਚ ਕੇ ਪੀ ਕੇ ਕੀ ਤਰਫ ਰਵਾਨਾ ਖੱਡੇ ਦੱਬਾਸ ਨਿਕਲ ਗਏ ਅਸਲਾਮ ਵਾਲੇਕੁਮ ਦੋਸਤੋ ਅੱਜ ਅਸਾਂ ਵਧੀਆ ਸ਼ਿਕਾਰ ਤੇ ਅਤੇ ਤੁਸੀਂ ਦੇਖਦੇ ਪਿਓ ਯਾਨੀ ਕਿ ਮਾਹੌਲ ਅਤੇ ਇਸ ਟਾਈਮ ਅਸਾਂ ਸ਼ਿਕਾਰ ਸ਼ੁਰੂ ਕਰਦੇ ਪਿਆ ਤੁਹਾਨੂੰ ਮਾਹੌਲ ਲਿਖਿਆ ਮੱਛੀ ਦਾ ਸ਼ਿਕਾਰ ਹੁੰਦਾ ਪਿਆ ਜੀ ਇਹ ਦੇਖੋ ਤੁਸੀਂ ਉਹਦੇ ਹੱਥ ਦੇ ਵਿੱਚ ਛਾਪ ਕੇ ਬੰਦੇ ਦੇ ਅਤੇ ਇੱਥੇ ਅਸਾਂ ਸ਼ਿਕਾਰ ਕਰਨ ਆਏ ਖਲੇ ਆਏ ਸ਼ਿਕਾਰ ਜਾ ਰਹੀ ਹੈ ਇਹ ਤੁਸੀਂ ਦਿਖਾਏ ਉਹ ਤੁਹਾਨੂੰ ਹਾਥੀ ਛਾਪ ਕਰ ਸੀਂਦਾ ਪਈ ਹੈ ਇਹਦੇ ਨਾਲ ਮੱਛੀ ਨੂੰ ਲਾਕ ਲੱਗ ਸੀ ਅਤੇ ਇਸ ਟਾਈਮ ਆਹਿਸਤਾ ਆਹਿਸਤਾ ਮੱਛੀ ਦੇ ਕਰੀਬ ਰਹਿੰਦਾ ਪਿਆ ਬੰਦਾ ਆਰਾਮ ਆਰਾਮ ਨਾਲ ਕਿਉਂਕਿ ਇਹ ਸਾਹਮਣੇ ਅੱਗੋਂ ਵਧੀ ਹੈ ਮੱਛੀ ਅੱਧਾ ਪਾਣੀ ਸੁਧਰ ਗਈ ਹੈ ਅਤੇ ਮੱਛੀ ਤਕਰੀਬਨ ਮੱਛੀ ਦੇ ਕੋਲ ਪਹੁੰਚ ਚੁੱਕੇ ਇਹ ਇੱਥੇ ਹੁਣ ਮੱਛੀ ਨਪੈਂਦਾ ਪਈ ਹੈ ਮੱਛੀ ਦਾ ਸ਼ਿਕਾਰ ਹੈ ਤੁਸੀਂ ਪਹਿਲੀ ਵਾਰ ਦੇਖਦੇ ਪਿਓ ਉਸ ਇਸ ਤਰੀਕੇ ਨਾਲ ਇਹ ਬੜਾ ਡੇਂਜਰਸ ਤਰੀਕਾ ਹੈ ਚੰਗਾ ਵੱਡਾ ਦਾਣਾ ਸਹੀ ਵੱਡਾ ਦਾਣਾ ਲੱਗ ਗਈ ਹੈ ਅਤੇ ਆਰਾਮ ਆਰਾਮ ਨਾਲ ਦਾਣੇ ਦੇ ਨੇੜੇ ਨੇੜੇ ਵਹਿੰਦਾ ਪਿਆ ਕਿ ਭੱਜ ਨਾ ਮੰਨੇ ਕਿਨਾਈ ਇਸ ਟਾਈਮ ਤਕਰੀਬਨ ਕਰੀਬ ਪਹੁੰਚ ਚੁੱਕੇ ਅਤੇ ਕੋਸ਼ਿਸ਼ 'ਚ ਪਰਲੇ ਪਾਸੇ ਨਿਕਲ ਗਿਆ ਦਾਣਾ
ਇਹ ਬਸ ਹੁਣ ਨਪਾ ਗਿਆ ਤਕਰੀਬਨ ਨਪਾ ਗਿਆ ਅਸਲ ਵਿੱਚ ਫਸਾ ਖੜਾ ਸ਼ਿਕਾਰ ਲੈ ਕੇ ਨਾ ਹੱਥ 'ਚ ਨਹੀਂ ਆਉਂਦਾ ਪਿਆ ਇਹ ਅਸਾਂ ਸ਼ਿਕਾਰ ਦੀ ਨਵੀਂ ਕਿਸਮ ਇਜਾਦ ਕੀਤੀ ਹੈ ਅਤੇ ਹੁਣ ਤੁਹਾਨੂੰ ਮੱਛੀ ਨੱਪ ਕੇ ਦਿਖੇ ਸੂੰ ਬਸ ਸਾਰੇ ਨਾਲ ਤਾਂ ਜੁੜੇ ਰਹੋ ਦਾਣਾ ਬੰਦੇ ਨੇ ਥਾਈਂ ਥਾਈਂ ਘੁੰਮੀਆਂ ਦੇਂਦਾ ਖੱਲੇ ਹੱਥੇ ਨਹੀਂ ਆਉਂਦਾ ਪਿਆ ਇਸ ਨੂੰ ਆਹਿਸਤਾ ਆਹਿਸਤਾ ਡਰਾ ਡਰਾ ਕੇ ਛੋਟੇ ਪਾਣੀ ਦੀ ਤਰਫ ਗਿਣ ਕੇ ਆਉਂਦਾ ਪਿਆ ਤਰਾਈ ਚਾਰ ਕਿਲੋ ਦਾ ਦਾਣਾ ਆਈ ਤਕਰੀਬਨ ਬੰਦਾ ਤਾਂ ਪਿਆ ਕਿਉਂਕਿ ਦਾਣਾ ਇੱਥੇ ਆ ਕੇ ਵਾਪਸ ਪਿੱਛਾ ਵੱਲਣ ਦੀ ਕੋਸ਼ਿਸ਼ ਕਰਿੰਦਾ ਅੱਗੋਂ ਪਾਣੀ ਹੈ ਥੋੜ੍ਹਾ ਉੱਚਾ ਅਤੇ ਇਸ ਟਾਈਮ ਬੰਦਾ ਕੋਸ਼ਿਸ਼ 'ਚ ਅਤੇ ਹੁਣ ਤੁਹਾਨੂੰ ਨੱਪ ਕੇ ਦਿਖੇ ਸੂੰ ਇਹ ਅਸਾਂ ਦਰਿਆ ਸਿੰਘ ਤੇ ਆਏ ਵਧੀਆ ਸ਼ਿਕਾਰ ਕਰਨ ਦੋਸਤੋ ਸ਼ਿਕਾਰ ਅਸਾਂ ਕਰਿੰਦੇ ਵਧੀਆ ਲਿਹਾਜ਼ਾ ਸ਼ਿਕਾਰ ਸਾਡਾ ਕਾਮਯਾਬ ਨਹੀਂ ਥੀਂਦਾ ਪਿਆ ਕਾਫੀ ਸ਼ਾਮ ਹੋ ਗਈ ਹੈ ਅਤੇ ਅਸਾਂ ਹੁਣ ਮੈਂ ਆਏ ਘਰ ਅਤੇ ਇਨਸ਼ਾਅੱਲਾ ਅਗਲੀ ਵਾਰ ਅਸਾਂ ਸ਼ਿਕਾਰ ਅਤੇ ਤੁਹਾਨੂੰ ਮਾਹੌਲ ਦਿਖੇ ਸੂੰ